ਦੋਸਤੋ ਨਿਊਟਨ ਆਈਨਸਟਾਈਨ ਨੇ ਗਲੀਲੀਓ ਦੇ ਨਾਮ ਤਾਂ ਤੁਹਾਨੂੰ ਸਭ ਨੂੰ ਯਾਦ ਹੋਣਗੇ, ਇੰਨਾ ਕੀ ਇਨਵੈਂਟ ਕੀਤਾ ਤੁਹਾਨੂੰ ਮੇ ਬੀ ਉਹ ਵੀ ਯਾਦ ਹੋਵੇ, ਬਟ ਅੱਜ ਜਿਸ ਇਨਸਾਨ ਦੀ ਗੱਲ ਇਸ ਵੀਡੀਓ ਥਰੂ ਮੈਂ ਕਰਨ ਜਾ ਰਿਹਾ ਉਹ ਵੀ ਇਹਨਾਂ ਇਨਵੈਂਟਰਸ ਦੀ ਲਿਸਟ ਦਾ ਹੀ ਇੱਕ ਹਿੱਸਾ ਨੇ, ਜਿਨ੍ਹਾਂ ਦਾ ਨਾਮ ਹੈ ਡਾਕਟਰ ਨਰਿੰਦਰ ਸਿੰਘ ਕਪਾਨੀ। ਇਹਨਾਂ ਨੇ 1952 ਦੇ ਵਿੱਚ ਫਾਈਬਰ ਆਪਟਿਕਸ ਦੀ ਖੋਜ ਕੀਤੀ ਸੀ। ਆਓ ਜਾਣਦੇ ਹਾਂ ਕਿ ਫਾਈਬਰ ਆਪਟਿਕਸ ਹੈ ਕੀ। ਇੱਕ ਸਿਰ ਦੇ ਵਾਲ ਜਿੰਨੀ ਬਰੀਕ ਹੈ, ਇਹ ਉਹੀ ਫਾਈਬਰ ਆਪਟਿਕਸ ਹੈ ਜਿਹਦੀ ਬਦੌਲਤ ਅੱਜ ਅਸੀਂ ਇਸ ਹਾਈ ਸਪੀਡ ਇੰਟਰਨੈਟ ਨੂੰ ਯੂਜ਼ ਕਰ ਪਾ ਰਹੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇੱਕ ਦੂਜੇ ਨੂੰ ਵਿਦਿਨ ਸੈਕਿੰਡਸ ਕਾਲ ਕਰ ਪਾ ਰਹੇ ਹਾਂ। ਅੱਜ ਇਹ ਫਾਈਬਰ ਆਪਟਿਕਸ ਮੈਡੀਕਲ ਐਂਡ ਸਾਇੰਸ ਵਿੱਚ ਕਈ ਡਿਫਰੈਂਟ ਵੇਜ਼ ਨਾਲ ਯੂਜ਼ ਕੀਤੀ ਜਾਂਦੀ ਹੈ। ਕਈ ਇੰਟਰਨਲ ਬਾਡੀ ਪਾਰਟਸ ਦੇ ਟੈਸਟ ਵੀ ਇਸੇ ਫਾਈਬਰ ਆਪਟਿਕਸ ਦੀ ਹੈਲਪ ਨਾਲ ਹੀ ਪੋਸੀਬਲ ਹੁੰਦੇ ਨੇ। ਇਹ ਫਾਈਬਰ ਆਪਟਿਕਸ ਦਾ ਨਾਮ ਵੀ ਨਰਿੰਦਰ ਸਿੰਘ ਕਪਾਨੀ ਹੋਰਾਂ ਨੇ ਹੀ ਰੱਖਿਆ ਸੀ, ਜਿਹਦੇ ਕਰਕੇ ਇਹਨਾਂ ਨੂੰ ਫਾਦਰ ਆਫ ਫਾਈਬਰ ਆਪਟਿਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁਝ ਲੋਕ ਡਾਕਟਰ ਕਪਾਨੀ ਨੂੰ ਮੈਨ ਹੂ ਬੈਂਟ ਦਾ ਲਾਈਟ ਦੇ ਨਾਮ ਨਾਲ ਵੀ ਜਾਣਦੇ ਨੇ, ਕਿਉਂਕਿ ਫਾਈਬਰ ਆਪਟਿਕਸ ਦੀ ਖੋਜ ਤੋਂ ਪਹਿਲਾਂ ਲਾਈਟ ਨੂੰ ਬੈਂਡ ਕਰਕੇ ਟਰੈਵਲ ਕਰਾਉਣਾ ਈਜ਼ੀ ਨਹੀਂ ਸੀ।